ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਇੱਕ ਨਵੀਂ ਭਰਤੀ ਪੰਜਾਬ ਦੇ ਵਿੱਚ ਜਿਹੜੀ ਗਰੁੱਪ ਡੀ ਦੀ ਜਿਹੜੀ ਭਰਤੀ ਤੁਸੀਂ ਦੇਖ ਸਕਦੇ ਹੋ ਰੈਗੂਲਰ ਅਸਾਮੀਆਂ ਹੋਣਗੀਆਂ ਬਿਲਕੁਲ ਇਹਨਾਂ ਅਸਾਮੀਆਂ ਦੇ ਲਈ ਤੁਹਾਨੂੰ ਕੋਈ ਪੇਪਰ ਨਹੀਂ ਦੇਣਾ ਪਏਗਾ ਕੋਈ ਫੀਸ ਨਹੀਂ ਭਰਨੀ ਪੈਗੀ ਸਿੱਧੀ ਇੰਟਰਵਿਊ ਹੋਏਗੀ ਇਸ ਅਸਾਮੀਆਂ ਦੇ ਵਿੱਚ ਔਰ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਚੈਨਲ ਤੇ ਹਰ ਰੋਜ਼ ਜਿੱਲਾ ਤੁਹਾਨੂੰ ਕੋਈ ਨਾ ਕੋਈ ਪੰਜਾਬ ਦੀ ਚਾਹੇ ਪ੍ਰਾਈਵੇਟ ਜੌਬ ਹੈਗੀ ਹੈ ਚਾਹੇ ਗਵਰਨਮੈਂਟ ਜੌਬ ਹੈਗੀ ਹੈ ਚਾਹੇ ਲੋਕਲ ਜੌਬ ਹੈਗੀ ਹੈ ਹਰ ਇੱਕ ਜੌਬ ਦੀ ਇਨਫੋ ਮਿਲਦੀ ਰਹਿੰਦੀ ਹੈ ਫਸਟ ਟਾਈਮ ਚੈਨਲ ਤੇ ਵਿਸਿਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਨੌਕਰੀ ਦੀ ਜਾਣਕਾਰੀ ਦੀਏ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਜਾਵੇ ਤੁਸੀਂ ਇਹ ਦੇਖ ਸਕਦੇ ਹੋ ਕਿ ਪੋਸਟ ਆ ਰਹਿਣਗੀਆਂ ਸਭ ਤੋਂ ਪਹਿਲਾਂ ਪੀਐਨ ਦੀ ਪੋਸਟ ਆਏਗੀ ਔਰ ਇਸ ਪੋਸਟ ਦੇ ਵਿੱਚ ਕੁਆਲੀਫਿਕੇਸ਼ਨ ਕੀ ਰਹੀ ਹੈ ਉਹ ਵੀ ਤੁਸੀਂ ਦੇਖਦੇ ਹੋ ਕਿ ਇੱਕ ਚੰਗੇ ਲੈਵਲ ਦੀ ਪੋਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੋ ਟੋਟਲ ਪੋਸਟਾਂ 11 ਰਹਿਣਗੀਆਂ ਔਰ ਜੇਕਰ ਗੱਲ ਕੀਤੀ ਵਿੱਚ ਸੈਲਰੀ ਰਹੇਗੀ 10680 ਪਲੱਸ ਗ੍ਰੇਡ ਤੇ ਪਾਬ ਤੁਹਾਡੀ 12 13000 ਜਿਹੜੀ ਸੈਲਰੀ ਇਸ ਦੇ ਵਿੱਚ ਹੋ ਜਾਏਗੀ ਏਜ ਕੀ ਰਹੇਗੀ ਏਜ ਰਹੇਗੀ 18 ਤੋਂ 37 ਹਜ਼ਾਰ ਔਰ ਇਹਨਾਂ ਅਸਾਮੀਆਂ ਦੇ ਵਿੱਚ ਤੁਹਾਡੇ ਲਈ ਜਿਹੜਾ ਕੈਂਡੀਡੇਟ ਵਾਸਤੇ ਜਿਹੜਾ 10ਵੀਂ ਪੱਧਰ ਤੇ ਪੰਜਾਬੀ ਦੀ ਨੌਲਜ ਮਿਡਲ ਪੱਧਰ ਤੇ ਸੌਰੀ ਠੀਕ ਹੈ ਤਾਂ ਮਿਡਲ ਪੱਧਰ ਤੇ ਪੰਜਾਬੀ ਦੀ ਨੌਲਜ ਹੋਣੀ ਲਾਜ਼ਮੀ ਹੈ ਭਾਵੇਂ 8ਵੀਂ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਸੋ ਉਸ ਤੋਂ ਬਾਅਦ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਧੀ ਇੰਟਰਵਿਊ ਹੈ ਇੰਟਰਵਿਊ ਜਿਹੜੀ ਡੇਟ ਰੱਖੀ ਗਈ ਹੈ 23 22 23 24 ਮਾਰਚ ਨੂੰ ਜਿਹੜਾ ਤੁਸੀਂ ਇੰਟਰਵਿਊ ਲਈ ਜਾ ਸਕਦੇ ਹੋ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਇੱਕ ਪਰਫਾਰਮਾ ਭਰਨਾ ਪਵੇਗਾ ਉਹ ਪਰਫਾਰਮਾ ਵੀ ਤੁਹਾਨੂੰ ਜਲਦੀ ਦਿਖਾਉਣੇ ਆ ਪਰ ਇਥੇ ਇੱਕ ਚੀਜ਼ ਨੋਟ ਕਰਨੀ ਹੈ ਕਿ 22 ਤਰੀਕ ਨੂੰ ਕਿਹੜੇ ਕੈਂਡੀਡੇਟ ਜਾਣਗੇ ਜਿਨ੍ਹਾਂ ਦਾ ਨੇਮ A ਤੋਂ ਲੈ ਕੇ H ਤੱਕ ਸਟਾਰਟ ਹੁੰਦਾ ਔਰ ਉਸ ਤੋਂ ਆ ਫਿਰ I ਤੋਂ ਲੈ ਕੇ P ਤੱਕ ਵਾਲੇ ਸਟੂਡੈਂਟ ਜਿਨ੍ਹਾਂ ਦਾ ਫਿਰ ਅਲਫਾਬੈਟਿਕਲ ਨੇਮ ਬਾਜ਼ ਬੁਲਾਇਆ ਜਾਊਗਾ ਫਿਰ Q ਤੋਂ ਲੈ ਕੇ Z ਤੱਕ ਠੀਕ ਹੈ ਇਸ ਤਰ੍ਹਾਂ 24 ਤੱਕ ਲਾਸਟ ਇੰਟਰਵਿਊ ਹੋਏਗੀ ਸੋ ਇਹਨਾਂ ਪੋਸਟਾਂ ਦੀ ਇੰਟਰਵਿਊ ਦਾ ਟਾਈਮ ਇਹਨਾਂ ਦੇ 10 ਵਜੇ ਹੋਏਗਾ ਠੀਕ ਹੈ ਸੋ 10 ਵਜੇ ਤੁਸੀਂ ਆਪਣੇ origignal ਜਿਹੜੇ ਸਰਟੀਫਿਕੇਟ ਹੈਗੇ ਆ ਆਇਡੈਂਟੀਫਿਕੇ ਪਰੂਫ ਹੋਏਗਾ ਤਾਂ ਉਹ ਵੀ ਤੁਸੀਂ ਨਾਲ ਜਾਣਾ ਹੋਏਗਾ ਸਭ ਕੁਝ ਨੰਬਰ ਆਫ ਪੋਸਟ ਇਨਕਰੀਜ਼ ਐਂਡ ਡਿਸਕਰੀ ਪਾਬ ਜਿਹੜੀਆਂ ਪੋਸਟਾਂ ਕਟਾਈਆਂ ਵਧਾਈਆਂ ਜਾ ਸਕਦੀਆਂ ਸੋ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਇਹਨਾਂ ਨੇ ਅਹਿਮ ਜਾਣਕਾਰੀ ਦਿੱਤੀ ਕਿ ਕੋਵਿਡ ਬਾਰੇ ਵੀ ਜਿਹੜਾ ਇਹਨਾਂ ਨੇ ਦੱਸਿਆ ਕਿ ਮਾਸਕ ਲਾਉਣਾ ਜ਼ਰੂਰੀ ਹੋਏਗਾ ਜਿਹੜੀ ਸੋਸ਼ਲ ਡਿਸਟੈਂਸ ਬਣਾਉਣਾ ਜ਼ਰੂਰੀ ਹੋਏਗਾ ਕੋਈ ٹی ਏ ਡੀ ਇਹ ਤੁਹਾਨੂੰ ਨਹੀਂ ਦਿੱਤਾ ਹੈਗਾ ਇਹਨਾਂ ਪੋਸਟਾਂ ਵਾਸਤੇ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੋਟੀਫਿਕੇਸ਼ਨ ਰੀਲੀਜ਼ ਹੋ ਚੁੱਕਿਆ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਕਿਤੋਂ ਵੀ ਬਿਲੋਂਗ ਕਰਨ ਚਾਹੇ ਬੁਆਏ ਜਾਂ ਸਹੇ ਗਰਲ ਤਾਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ 16/3/2021 ਤੱਕ ਤੁਸੀਂ ਜਿਹੜਾ ਪਰਫਾਰਮਾ ਭਰ ਕੇ ਇਹਨਾਂ ਦੇ ਜਿਹੜਾ ਐਡਰੈਸ ਤੇ ਭੇਜਣਾ ਹੋਏਗਾ ਇਹਨਾਂ ਦਾ ਇਹ ਪਰਫਾਰਮਾ ਰਹੇਗਾ ਇਹ ਪਰਫਾਰਮਾ ਰਹੇਗਾ ਔਰ ਇਹ ਪੋਸਟ ਜਿਹੜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਦੇ ਅਧੀਨ ਜਿਹੜੀ ਪੋਸਟ ਹੋਏਗੀ ਔਰ ਐਪਲੀਕੇਸ਼ਨ ਫਾਰਮ ਜਿਹੜਾ ਅਪਪਾਇੰਟਮੈਂਟ ਜਿਹੜਾ ਬਸ ਦੇ ਦਿੱਤਾ ਤੁਹਾਨੂੰ ਪੋਸਟ ਪੀ ਐਨ ਵਾਸਤੇ ਇਹ ਫਾਰਮ ਤੁਸੀਂ ਭਰਨਾ ਜਿਹਦੇ ਵਿੱਚ ਤੁਹਾਡਾ ਨਾਮ ਮੈਂਸ਼ਨ ਹੋਣਾ ਚਾਹੀਦਾ ਤੁਹਾਡਾ ਫਾਦਰ ਨੇਮ ਔਰ ਡੇਟ ਆਫ ਬਰਥ ਏਜ ਪ੍ਰੂਫ ਤੁਹਾਡਾ ਠੀਕ ਹੈ ਔਰ ਇੱਥੇ ਤੁਹਾਡੀ ਇੱਕ ਜਿਹੜੀ ਤਾਜ਼ਾ ਫੋਟੋ ਲੱਗੀ ਹੋਣੀ ਚਾਹੀਦੀ ਹੈ ਠੀਕ ਆ ਪਾਸਪੋਰਟ ਸਾਈਜ਼ ਫੋਟੋ ਔਰ ਕੁਆਲੀਫਿਕੇਸ਼ਨ ਇੱਥੇ ਤੁਹਾਨੂੰ ਲਿਖਣੀ ਹੈ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਬਾਕੀ ਜਿਹੜੀਆਂ ਕੁਝ ਆਮ ਜੀ ਨਾਰਮਲ ਜੀ ਇਨਫੋਰਮੇਸ਼ਨ ਹੈ ਤੁਸੀਂ ਭਰ ਸਕਦੇ ਹੋ ਪਰਮਾਨੈਂਟ ਐਡਰੈਸ ਹੈਗਾ ਕੋਰਸਪੋਨੈਂਟ ਐਡਰੈਸ ਤੁਹਾਡਾ ਕੋਈ ਸੇਮ ਹੁੰਦਾ ਨੈਸ਼ਨੈਟੀ ਹੈਗੀ ਹੈ ਲਿਸਟ ਆਫ ਡਾਕੂਮੈਂਟ ਪਾਬ ਤੁਹਾਨੂੰ ਜਿਹੜੀਆਂ ਫੋਟੋ ਕਾਪੀਆਂ ਨਾਲ ਲਾਉਣੀਆਂ ਪੈਣਗੀਆਂ ਠੀਕ ਹੈ ਸੋ ਟੈਲੀਫੋਨ ਨੰਬਰ ਤੁਹਾਡਾ ਇੱਥੇ ਵਿੱਚ ਮੰਗਿਆ ਗਿਆ ਸੋ ਇਹ ਪੋਸਟਨ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਬਿਲਕੁਲ ਇਹ ਪਬਲਿਕ ਨੋਟਸ ਜਿਹੜਾ ਆ ਚੁੱਕੇ ਹੈ ਔਰ 16 ਤਰੀਕ ਜਿਹੜੀ ਲਾਸਟ ਹੈਗੀ 16 ਤੱਕ ਜਿਹੜਾ ਤੁਸੀਂ ਬਾਇਓ ਡਾਟਾ ਕੰਪਲੀਟ ਕਰਕੇ ਜਿਹੜਾ ਇਹਨਾਂ ਪੋਸਟਾਂ ਵਾਸਤੇ ਜਿਹੜਾ ਇਹਨਾਂ ਦੇ ਐਡਰੈਸ ਤੇ ਸੈਂਡ ਕਰਨਾ ਹੋਏਗਾ ਐਡਰੈਸ ਇੱਥੇ ਉੱਪਰ ਲਿਖਿਆ ਹੋਇਆ ਹੈ ਫਾਰਮ ਤੇ ਠੀਕ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਂ ਕਿ ਤੁਸੀਂ ਇਹ ਫਾਰਮ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਇਸ ਐਡਰੈਸ ਤੇ ਜਿਹੜਾ ਤੁਸੀਂ ਆਪਣਾ ਬਾਇਓ ਡਾਟਾ ਸੈਂਡ ਕਰਨਾ ਹੋਏਗਾ ਔਰ ਸਿੱਧੀ ਤੁਸੀਂ ਇੰਟਰਵਿਊ ਕਰੋਗੇ ਕੋਈ ਇੱਥੇ ਫੀਸ ਨਹੀਂ ਰੱਖੀਗੀ ਕੋਈ ਤੁਹਾਡਾ ਐਗਜ਼ਾਮ ਨਹੀਂ ਹੋਏਗਾ ਸਿਰਫ ਇੱਕ ਇੰਟਰਵਿਊ ਦੇ ਨਾਲ ਤੁਸੀਂ ਰੈਗੂਲਰ ਜੌਬ ਤੇ ਜਿਹੜਾ ਤੁਸੀਂ ਲੱਗ ਸਕਦੇ ਹੋ ਠ ਬਟਨ ਦਬੋ ਇਹ ਵਾਲੀ ਇਹਦੀ ਵੈਬਸਾਈਟ ਹੈ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਬੀਸਟ ਕਰ ਸਕਦੇ ਕਰਕੇ ਜਿਹੜਾ ਤੁਸੀਂ ਇਹ ਫਾਰਮ ਡਾਊਨਲੋਡ ਕਰ ਲੈਣਾ ਓਕੇ ਜੀ ਬਾਏ ਬਾਏ ਟੇਕ ਕੇਅਰ